ਜਿੱਥੇ ਮਿਰਜ਼ਾ ਜੀ ਨੂੰ ਵੱਢਿਆ ਗਿਆ ਸੀ, ਮਤਲਬ ਇਹ ਜੰਡ ਸੀਗਾ ਜਿੱਥੇ ਮਿਰਜ਼ੇ ਨੂੰ ਵੱਢਿਆ ਸੀਗਾ। ਅੱਛਾ ਇਹ ਜੰਡ ਥੱਲੇ ਵੱਢਿਆ, ਇਹ ਜੰਡ ਸੀ, ਇਹ ਜੰਡ ਇੱਥੇ ਤੀਰ ਸੀ ਜਿਹੜੇ ਸਾਹਿਬਾਂ ਨੇ ਤੋੜਦੇ ਸੀ। ਹਾਂਜੀ ਹਾਂਜੀ ਹਾਂ, ਸਾਹਿਬਾਂ ਨੇ ਸਾਰੇ ਤੀਰ ਇੱਥੇ ਤੋੜੇ, ਤੀਰ ਤੋੜੇ ਸੀ। ਐ ਉਹ ਜਗ੍ਹਾ ਪੁਰਾਣੀਆਂ ਚੀਜ਼ਾਂ ਦੇਖ ਲਓ ਆ ਸਾਰੀਆਂ। ਹੁਣ ਕਿਸੇ ਨਾ ਅਸੀਂ ਪੰਜਾਬੀ ਲਿਟਰੇਚਰ 'ਚ ਆਪਾਂ ਪੜ੍ਹਦੇ ਹਾਂ ਸਾਰੇ ਇਹ ਕਿਸੇ ਪੰਜਾਬੀ ਲਿਟਰੇਚਰ 'ਚ, ਪਰ ਅੱਜ ਗਾਣਿਆਂ 'ਚ ਸੁਣਦੇ ਹਾਂ ਮਿਰਜ਼ਾ ਹਰੇਕ ਗਾਉਂਦਾ ਹਰੇਕ ਗਾਇਕ, ਪਰ ਇਹਨਾਂ ਦੀ ਜਗ੍ਹਾ ਜਿਹੜੀ ਅਤੇ ਅੱਜ ਦੇਖਣੀ ਨਸੀਬ ਹੋਈ ਹੈ ਅਤੇ ਇੱਥੇ ਆ ਕੇ ਦੇਖੀ ਹੈ ਸਾਰੀ ਜਗ੍ਹਾ। ਆਹ ਤੁਹਾਨੂੰ ਅੰਦਰ ਲੈ ਕੇ ਚੱਲਦੇ ਜਿੱਥੇ ਕਬਰ ਬਣੀ ਹੈ ਨਾ ਉਹਨਾਂ ਦੀ। ਹਾਂਜੀ ਅੱਛਾ ਇਹਦੇ ਅੰਦਰ, ਹਾਂਜੀ ਦੋਨਾਂ ਦੀ ਇੱਥੇ ਹੀ ਹੈ, ਦੋਨਾਂ ਦੀ ਕਬਰ ਇਕੱਠੀ ਇੱਥੇ ਕਬਰ ਬਣੀ ਹੈ। ਉਹਨਾਂ ਨੇ ਕਤਲ ਕੀਤਾ ਸੀ ਤੇ ਇੱਥੇ ਹੀ ਫਿਰ ਨੱਪਤਾ ਸੀ। ਸਾਹਿਬਾਂ ਦੇ ਜਿਹੜੇ ਭਾਈ ਸੀ ਉਹਨਾਂ ਨੇ ਮਤਲਬ ਇੱਥੇ ਆ ਕੇ ਘੇਰਿਆ ਸੀ ਸਾਰਾ, ਇੱਥੇ ਘੇਰਿਆ, ਇੱਥੇ ਸਾਹਿਬਾਂ ਨੇ ਤੀਰ ਤੋੜਤੇ। ਹਾਂ ਇੱਥੇ ਮਿਰਜ਼ਾ ਮਾਰਿਆ ਗਿਆ। ਹਾਂ ਸਾਹਿਬਾਂ ਨੂੰ ਵੀ, ਅੱਛਾ ਸਾਹਿਬਾਂ ਨੂੰ ਵੀ ਮਾਰਤਾ। ਹਾਂ ਮਿਰਜ਼ਾ ਤਾਂ ਸਾਹਿਬਾਂ ਨੂੰ ਉੱਥੇ ਹੀ ਮਾਰਤਾ ਸੀ ਭਾਈਆਂ ਨੇ ਕੁੱਟ ਕੇ। ਇਹ ਸਾਰਾ ਆਲਾ ਦੁਆਲਾ ਇਹ ਬਣੀ ਹੋਈ ਆ ਯਾਦਗਾਰ ਜਿਹੜੀ ਆ ਸਾਰੀ ਹੈਗੀ ਅੰਦਰੋਂ ਤੁਹਾਨੂੰ ਦਿਖਾਉਣੇ ਇੱਥੇ ਜਿਹੜੀਆਂ ਯਾਦਗਾਰਾਂ ਅੰਦਰ ਬਣੀਆਂ ਹੋਈਆਂ ਨੇ। ਇਹ ਕਿੰਨਾ ਕਿਰਿਆ ਤਿੰਨ ਨੇ ਜੀ, ਇਹ ਤਾਂ ਮਿਰਜ਼ੇ ਜੱਟ ਦੀ ਆ, ਮਿਰਜ਼ੇ ਜੱਟ ਦੀ ਆ, ਉਹ ਮਿਰਜ਼ੇ ਜੱਟ ਦੇ ਬਾਪੂ ਜੀ ਦੇ ਨਾਲ। ਅੱਛਾ ਉਹ ਬਾਪੂ ਜੀ ਦੀ ਵੀ ਨਾਲ ਬਣਾਈ, ਬਾਅਦ ਚ ਬਾਪੂ ਜੀ ਫੋਟੋ ਹੋਏ ਸੀ ਉਹਨਾਂ ਨੇ ਫਿਰ ਇੱਥੇ ਹੀ ਬਣਾ ਦਿੱਤੀ ਨਾਲ। ਅੱਛਾ ਬਾਪੂ ਜੀ ਬਾਅਦ ਚ ਗੁਜਰੇ ਆ, ਬਾਪੂ ਜੀ ਦੀ ਵੀ ਨਾਲ ਹੀ ਬਣਾਈ ਆ। ਇਹ ਆ ਗਈਆਂ ਕਬਰਾਂ ਜਿਹੜੇ ਕਿੱਸੇ ਆਪਾਂ ਸੁਣਦੇ ਆ ਮਿਰਜ਼ਾ ਜੱਟ ਤੇ ਸਾਹਿਬਾਂ। ਬਾਹਰ ਜਾ ਕੇ ਨਾ ਇੱਕ ਇੱਥੇ ਬਾਪੂ ਰਹਿੰਦੇ ਆ, ਉਹ ਕਿੰਨੇ ਟਾਈਮ ਤੋਂ ਤੁਸੀਂ ਕਹਿੰਦੇ ਸੀ ਉਹ ਕਿੱਸੇ ਵੀ ਦੱਸ ਦਿੰਦੇ ਆ ਨਾ ਉਹ ਕੀ ਜਿਹੜੇ ਬਾਪੂ ਬਾਹਰ ਬੈਠੇ ਸੀਗੇ। ਹਾਂਜੀ ਹਾਂਜੀ ਉਹ ਇਹਨਾਂ ਦੀ ਅਗਲੀਆਂ ਪੀੜ੍ਹੀਆਂ ਚੋਣੇ ਬਾਬਾ ਜੀ, ਇਹਨਾਂ ਦੀ ਅਗਲੀਆਂ ਪੀੜ੍ਹੀਆਂ ਚੋਣੇ। ਹਾਂਜੀ ਹਾਂਜੀ ਰਿਸ਼ਤੇਦਾਰ ਨੇ, ਰਿਸ਼ਤੇਦਾਰ ਨੇ ਮਿਰਜ਼ੇ ਦੇ। ਹਾਂ ਤੇ ਸਾਡਾ ਵੀ ਗੋਤ ਇਹੀ ਆ, ਮਿਰਜ਼ਾ ਵੀ ਖਰਲ ਜੱਟ ਸੀ, ਮੈਂ ਵੀ ਖਰਲ ਜੱਟ। ਆਹ ਵਾਹ, ਤਾਂ ਜੋ ਸੈਮੀ ਜੱਟ ਕਹਿੰਦੇ ਆ, ਕੀ ਬਾਤ ਹੈ ਯਾਰ। ਅੱਛਾ ਤੇ ਉਹ ਸਾਹਮਣੇ ਨਾ ਤਸਵੀਰ ਆਇਆ, ਤੁਹਾਨੂੰ ਸ਼ੇਰ ਵੀ ਲਿਖੇ ਇਹਦੇ ਬਾਰੇ ਦਾ, ਮਿਰਜ਼ੇ ਜੱਟ ਦੀਆਂ ਫੋਟੋ ਲੱਗੀਆਂ ਨੇ। ਘੋੜੀ ਹੈ ਮਿਰਜ਼ੇ ਦੀ ਇਹ, ਤੇ ਘੋੜੀ ਆ ਕੀ ਲਿਖਿਆ ਹੋਇਆ ਸੈਮੀ, ਤੀਰ ਤੇ ਆ ਕੁਛ ਲਿਖਿਆ। ਮੈਂ ਤਾਲਬ ਨੋਸ਼ੋ ਪੀਰ ਦਾ, ਅੱਛਾ ਮੇਰੀ ਕੁੰਡੀ ਦਸਤਗੀਰ, ਜਦੋਂ ਦੀ ਘੋੜੀ ਪਕੜ ਲਈ ਮੇਰਾ ਕੰਬਿਆ ਨਹੀਂ ਉਹ ਤੀਰ, ਮੇਰਾ ਕੰਬਿਆ ਨਹੀਂ ਉਹ ਸਰੀਰ। ਵਾਹ ਕੀ ਬਾਤ ਹੈ, ਫਿਰ ਤੇ ਇਧਰਲੇ ਪਾਸੇ ਵੀ ਸਾਰਾ ਕਿੱਸਾ ਲਿਖਿਆ ਹੋਇਆ ਇਹਨਾਂ ਨੇ ਮਿਰਜ਼ਾ ਸਾਹਿਬਾਂ ਦਾ, ਤੇ ਇਹ ਇਹਨਾਂ ਦੀ ਲੈਂਗੁਏਜ 'ਚ ਲਿਖਿਆ ਹੋਇਆ ਹੈ ਸਾਰਾ। ਤੇ ਹੁਣ ਅਸੀਂ ਬਾਹਰ ਜਾ ਕੇ ਸੈਮੀ ਸਾਨੂੰ ਸਾਰਾ ਸੁਣਾ ਦੇਣਗੇ, ਦੱਸ ਦੇਣਗੇ ਵੀ ਇਧਰਲੇ ਪਾਸੇ ਪੂਰਾ ਕਿੱਸਾ ਕੀ ਸੀ, ਨਾਲ ਹੀ ਅਸੀਂ ਤੁਹਾਨੂੰ ਸੁਣਾ ਦੇਣਾਗਾ ਵੀ ਕਿਵੇਂ ਸੀ ਸਾਰੀ ਦਾਸਤਾਨ ਸੀ। ਇੱਕ ਗੱਲ ਦੇਖੋ ਯਾਰ, ਤੇ ਜਿਹੜੀ ਇਹਨਾਂ ਦੀ ਡੈਥ ਡੇਟ ਹੈ ਨਾ ਉਹ ਸੇਮ ਆ ਇੱਥੇ, ਜਿਵੇਂ ਆ ਸਾਹਿਬਾਂ ਦੀ ਕਬਰ ਤੇ ਤੁਸੀਂ ਦੇਖੋ 18/3/1618 ਤੇ 18 ਮਾਰਚ, ਉਧਰ ਮਿਰਜ਼ੇ ਜੱਟ ਤੇ ਲਿਖਿਆ ਗਿਆ 18/3/1618 ਤੇ ਜਿਹੜਾ ਮਿਰਜ਼ਾ ਸੀਗਾ, ਮਿਰਜ਼ਾ 1 ਸਾਲ ਨਿੱਕਾ ਸੀਗਾ ਸਾਹਿਬਾਂ ਤੋਂ, ਉਹਨਾਂ ਦਾ ਡੇਟ ਆਫ ਬਰਥ 87 ਦੀ ਹੈ ਤੇ ਇਹਨਾਂ ਦੀ 86 ਦੀ ਹੈ, ਤੇ 1 ਸਾਲ ਜਾਂ ਕੁਛ ਮਹੀਨੇ ਲਾ ਲਓ। ਤੇ ਇਹ ਆਲਾ ਦੁਆਲਾ ਸੀਗਾ ਸਾਰਾ ਜਿਹੜਾ ਤੁਹਾਨੂੰ। ਹਾਂਜੀ ਦੋਸਤੋ, ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਵੀਡੀਓ, ਤੁਸੀਂ ਵੀ ਦੇਖੀ ਆ ਮਿਰਜ਼ਾ ਸਾਹਿਬਾ ਜੀ ਦੀ ਕਬਰ ਜਿੱਥੇ ਉਹਨਾਂ ਨੂੰ ਦਫਨਾਇਆ ਗਿਆ ਸੀ, ਜਿਸ ਜੰਡ ਥੱਲੇ ਉਹਨਾਂ ਨੂੰ ਮਾਰਿਆ ਗਿਆ ਸੀ, ਜਿੱਥੇ ਸਾਹਿਬਾਂ ਨੇ ਉਹਨਾਂ ਦੇ ਤੀਰ ਨੂੰ ਮਤਲਬ ਲੁਕੋ ਦਿੱਤਾ ਸੀ, ਜਿੱਥੇ ਭਾਈਆਂ ਨੇ ਆ ਕੇ ਉਹਨਾਂ ਨੂੰ ਮਾਰਿਆ ਸੀ, ਉਹ ਜੰਡ ਵੀ ਦੇਖੀ ਆ। ਬਾਕੀ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸੋ ਕਿਸ ਤਰ੍ਹਾਂ ਦੀ ਲੱਗੀ ਵੀਡੀਓ। ਧੰਨਵਾਦ ਜੀ।